हाँ जी वीर जी, की नाम अपना? तरना जी। सर ते वीर जी की गलबात हुई है? मेरिया अखा च कुछ पाया जी, दो जने सीगे, मेरिया अखा च पाया तो मेरा मुफसन डोल गया, तो मैं दो राह पुछा मेरे तो, ते फिर मैं ब्रह्मपुर वाला हौली हौली 10-20 किले आ गया। मैं सट जा हो गया, तो मोड़ मोड़ के फिर इन्हें मैं फोन लाया मुंडे, मैं कहा मैंने तो अधी दा नहीं आ चाहिए थी। उस बाद नहीं मैं इन्ना मैंने पता, मैं मोटर से आ गया, मैं कहा ये मैंने कितने, मैं कहा मैं मोटर से लै चल उ जाकर मैं मूँह मत तोड़ूंगा। उस बाद नहीं पता जी मुंडे कहते ही भाजी मोटरसाइकिल से है जी। ता पिछा किया उन्होंने? मैनू ये नहीं पता जी कितों आते कितों नहीं, पर इन्ना पता मेरे बराबर आ के मैंने पिंड पुछया, हूँ मैं चेता नहीं जी मैं कि पिंड पुछया उन्होंने भी अस कि पिंड जाना, तो मैं मोटरसाइकिल बड़ा हौली कर लिया उन्हें, उस बाद नहीं मैंने कोई पता। उन्होंने कोई स्प्रे वगैरह की या की किया? मेरे ते रुमाल सटिया जी उन्होंने। अच्छा जी, तो उस बाद नहीं मैंने पता जी, जमें आप नहीं बंद झाड़ देंगे झाड़िया अखा देखो साड़ बहुत पाया। उस बाद ਕਿਹੜਾ ਪਿੰਡ ਵੀਰ ਆਪਣਾ? ਮੇਰਾ ਪਿੰਡ ਬੋਤੀ ਵਾਲਾ ਜੀ। ਕਿਹੜੇ ਜ਼ਿਲ੍ਹੇ 'ਚ? ਫਿਰੋਜ਼ਪੁਰ ਜ਼ਿਲ੍ਹਾ। ਇੱਥੇ ਫਿਰ ਤੁਸੀਂ ਕਿੱਦਾਂ ਆਏ ਜੀ? ਇੱਥੇ ਮੈਂ ਲੈ ਕੇ ਆਇਆ ਸੀਗਾ ਜੀ, ਅਤੇ ਇੱਕ ਤੂੜੀ ਵਾਲੀ ਮਸ਼ੀਨ। ਠੀਕ ਹੈ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਵੀਰ ਜੀ? ਮੈਂ ਇਹ ਆ ਨਾ ਵੀ ਕੋਈ ਨਿਗਾਹ ਰੱਖੀ ਜਾਵੇ, ਹੋਰ ਕੋਈ ਭਰਾ ਨਾ ਕੋਈ ਨੁਕਸਾਨ ਹੋ ਜਾਵੇ, ਜੇ ਮੈਂ ਬਚ ਗਿਆ ਜੀ ਜਿਹੜੇ ਹਿਸਾਬ ਨਾਲ ਮੇਰਾ ਮੋਟਰਸਾਈਕਲ ਝਾੜੀਆਂ 'ਚ ਗਿਆ, ਹੋ ਸਕਦਾ ਕੋਈ ਦਰਖਤ ਦਰੁਖਤ ਵੱਜ ਜਾਂਦਾ, ਕਿਉਂਕਿ ਇੱਦਾਂ ਤਾਂ ਹੁਣ ਕਾਫੀ ਵੀਰ ਆਪਣੇ ਆ ਰਹੇ ਆ ਇੱਦਾਂ ਹੋਰਾਂ ਜ਼ਿਲ੍ਹਿਆਂ ਦੇ ਵਿੱਚ ਔਰ ਦੂਜੇ ਜ਼ਿਲ੍ਹਿਆਂ ਦੇ ਵਿੱਚ ਕੰਪਾਈਨਾਂ ਲੈ ਕੇ ਜਾਂ ਤੂੜੀ ਵਾਲੇ ਮਸ਼ੀਨਾਂ, ਜੇ ਇੱਦਾਂ ਨੁਕਸਾਨ ਹੁੰਦਾ ਰਹੂਗਾ ਤਾਂ ਫਿਰ ਕੀ ਕਰਨ ਲਈ ਚਾਹੀਦਾ? ਮੈਂ ਤਾਂ ਬਈ ਆਪਦਾ ਬਚ ਕੇ ਰਹੋ, ਤਾਂ ਨੇਰੇ ਸਵੇਰੇ ਜਿਹੜਾ ਕੋਈ ਵੀ ਕੰਮ ਆਪਦੇ ਨੇ ਕਰ ਲਓ, ਕੋਈ ਬੰਦਾ ਨਾਲ ਲੈ ਜਾਓ, ਦੋ ਜਾਣੇ ਜਾਓ। ਹਾਂਜੀ ਵੀਰ ਜੀ, ਕੀ ਨਾਮ ਆਪਣਾ? ਹਰਜਿੰਦਰ ਸਿੰਘ। ਅਤੇ ਵੀਰ ਜੀ ਕੀ ਗੱਲਬਾਤ ਹੋਈ ਹੈ? ਗੱਲਬਾਤ ਇਸ ਤਰ੍ਹਾਂ ਜੀ, ਆਪਣੇ ਚਰਨ ਸਿੰਘ ਆਏ ਆਪਣੇ ਤੋਂ ਆਉਂਦੇ ਆ ਜੀ, ਪਿਛਲੇ 10 ਸਾਲਾਂ ਤੋਂ ਕੰਬਾਈਨ ਲੈ ਗਏ, ਅਤੇ ਇਹਨਾਂ ਦੀਆਂ 2 ਕੰਬਾਈਨਾਂ ਵਾ, ਇੱਕ ਤੂੜੀ ਵਾਲੀ ਮਸ਼ੀਨ ਆ ਅਤੇ ਇੱਕ ਵੱਡੀ ਕੰਬਾਈਨ ਆ ਜੀ। ਅਤੇ ਵੱਡੀ ਕੰਬਾਈਨ ਇਹ ਲੈ ਕੇ ਅੱਜ ਵਾਪਸ ਆਪਦੇ ਪਿੰਡ ਛੱਡਣ ਗਏ ਸੀ, ਅਤੇ ਵਾਪਸੀ ਸਮੇਂ ਆਉਂਦੇ ਹੋਏ ਚੋਲੇ ਵਾਲੇ ਰਾਹ ਦੇ ਉੱਤੇ ਇਹਨਾਂ ਨੂੰ ਲੁੱਟਣ ਪੈ ਗਏ। ਇਹਨਾਂ ਦੇ ਕੋਲ ਆਏ ਦੋ ਜਣੇ ਮੋਟਰਸਾਈਕਲ ਦੇ ਉੱਤੇ, ਅਤੇ ਇਹਨਾਂ ਨੂੰ ਪਿੰਡ ਦਾ ਪੁੱਛਿਆ ਉਹਨਾਂ ਨੇ, ਅਤੇ ਇਹਨਾਂ ਦੇ ਨਾਲ ਰੁਮਾਲ ਦਿੱਤੇ ਨਾ ਜਿੱਦਾਂ ਕੋਈ ਪਟਾਸ ਹੁੰਦੀ ਜਾਂ ਕੋਈ ਕਿਸੇ ਜਿਹੀ ਚੀਜ਼ ਬੇਹੋਸ਼ੀ ਵਾਲੀ ਦਵਾਈ ਸੋਚ, ਇਹਨਾਂ ਦਾ ਮਤਲਬ ਅੱਖਾਂ ਜਿਹੜੀਆਂ ਉਹ ਵੀ ਸੁੱਜ ਜੀਆਂ ਗਈਆਂ ਸਾਰੀਆਂ, ਲਾਲ ਹੋ ਗਈਆਂ, ਅਤੇ ਸਿਰ ਨੂੰ ਚੜ੍ਹੀ ਆ, ਅਤੇ ਹੁਣ ਦਵਾਈ ਦੀ ਵੀ ਦਵਾਈ ਆ। ਹਾਂਜੀ ਬਾਪੂ ਜੀ, ਕੀ ਨਾਮ? ਜਸਵੰਤ ਸਿੰਘ। ਬਾਪੂ ਜੀ ਕੀ ਗੱਲਬਾਤ ਹੋਈ ਹੈ? ਇਹ ਜਿਹੜੇ ਬੰਦੇ ਮਤਲਬ ਇੱਦਾਂ ਚਾਂਸ ਹੋਇਆ, ਇਹ ਸਾਡੇ ਕੋਲ 10-12 ਸਾਲ ਤੋਂ ਆਉਂਦੇ, ਦੋਵੇਂ ਮਸ਼ੀਨਾਂ ਲੈ ਕੇ, ਇਹ ਪਰਦੇਸੀ ਬੰਦੇ ਸਾਡੇ ਕੋਲ ਹੀ ਰਹਿੰਦੇ ਆ, ਇਹ ਅੱਜ ਵੱਡੀ ਮਸ਼ੀਨ ਲੈ ਕੇ ਪਿੰਡ ਨੂੰ ਮਿਸਤਰੀ ਆਪਦੇ ਡਰਾਈਵਰ ਨਾਲ ਛੱਡਣ ਗਿਆ, ਉੱਧਰੋਂ ਜਦੋਂ ਇਹ ਆਇਆ 2-2:30 ਵਜੇ, ਉਦੋਂ ਇਹ ਚੁੱਲ੍ਹੇ ਵਾਲੇ ਪੰਪ ਦੇ ਲੱਗੇ, ਇਹਦੇ ਨਾਲ ਇਹ ਵਾਕਿਆ ਹੋ ਗਿਆ, ਇਹ ਮਤਲਬ ਬੇਹੋਸ਼ ਹੋ ਗਿਆ, ਪਰ ਇਹ ਡੇਢਾ ਡੁੱਗਦਾ ਬ੍ਰਹਮਪੁਰੇ ਤੱਕ ਆ ਗਿਆ। ਇਹ ਪਰਦੇਸੀ ਆਦਮੀ ਆ, ਅਤੇ ਇਸ ਤਰ੍ਹਾਂ ਲੁੱਟ ਖੋਹ ਹੋਣ ਡੈ ਪਈਆਂ,